welcom back students today we will discuss about the types of learning your speed doesn't matter forward is forward your attitude determines your direction four ways we learn char tareeke jinna to assi sikhde ha sab to pehla work challenging experiences ਜਿੰਨਾ ਅਸੀਂ ਕੋਈ ਕੰਮ ਕਰਾਂਗੇ ਜਾਂ ਕੋਈ ਸੀ ਚੈਲੰਜ ਅਕਸੈਪਟ ਕਰਾਂਗੇ ਤਾਂ ਹੀ ਅਸੀਂ ਕਿਸੇ ਕੰਮ ਨੂੰ ਸਿੱਖ ਸਕਦੇ ਹਾਂ ਨੈਕਸਟ ਹੈ ਅਪਰਚੂਨਿਟੀਆਂ ਟੂ ਪ੍ਰੈਕਟਿਸ ਮੀਨਸ ਕਿ ਜਦੋਂ ਅਸੀਂ ਕੰਮ ਕਰਨਾ ਸ਼ੁਰੂ ਕਰਾਂਗੇ ਅਸੀਂ ਬਾਰ-ਬਾਰ ਉਹਦੀ ਪ੍ਰੈਕਟਿਸ ਕਰਾਂਗੇ ਤਾਂ ਹੌਲੀ-ਹੌਲੀ ਅਸੀਂ ਉਸ ਕੰਮ ਨੂੰ ਸਿੱਖ ਲਵਾਂਗੇ ਨੈਕਸਟ ਹੈ ਕ੍ਰੀਏਟਿਵ ਕਨਵਰਸੇਸ਼ਨ ਫਿਰ ਅਸੀਂ ਉਸ ਕੰਮ ਨੂੰ ਕਿਸ-ਕਿਸ ਤਰੀਕੇ ਨਾਲ ਕਰ ਸਕਦੇ ਹਾਂ ਮੀਨਸ ਕਿ ਕ੍ਰੀਏਟਿਵ ਕਨਵਰਸੇਸ਼ਨ ਕਰਨੀ ਹੈ ਗੱਲਬਾਤ ਕਰਨੀ ਹੈ ਨੈਕਸਟ ਇਜ਼ ਟਾਈਮ ਫਾਰ ਰਿਫਲੈਕਸ਼ਨ ਅਸੀਂ ਉਹ ਕੰਮ ਨੂੰ ਕਿਵੇਂ ਕੀਤਾ ਕਿਹੜਾ ਐਕਸਪੀਰੀਅੰਸ ਅਸੀਂ ਗੇਨ ਕੀਤਾ ਤੇ ਉਹ ਕੰਮ ਨੂੰ ਅਸੀਂ ਈਵੈਲਿਊਏਟ ਕਰਨਾ ਹੈ ਨਾਲ ਨਾਲ ਕਿ ਅਸੀਂ ਕੰਮ ਉਹ ਕਿਵੇਂ ਹੋਇਆ ਹੈ ਤੇ ਸਾਰੀ ਸਾਡੀ ਜਿਹੜੀ ਲਰਨਿੰਗ ਹੈ ਉਹਦੇ ਵਿੱਚ ਆਉਂਦਾ ਹੈ ਵਾਟ ਇਜ਼ ਐਕਟਿਵ ਲਰਨਿੰਗ ਐਕਟਿਵ ਲਰਨਿੰਗ ਦੇ ਵਿੱਚ ਕੀ ਆਉਂਦਾ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਰਿਮੈਂਬਰ ਕਰਦੇ ਹਾਂ ਯਾਦ ਰੱਖਦੇ ਹਾਂ ਕਿ ਅਸੀਂ ਕੀ ਕੀਤਾ ਹੈ ਫਿਰ ਅਸੀਂ ਉਸ ਤੋਂ ਬਾਅਦ ਅੰਡਰਸਟੈਂਡ ਕਰਦੇ ਹਾਂ ਕਿ ਅਸੀਂ ਜੋ ਇਹ ਕੰਮ ਕਰ ਰਹੇ ਹਾਂ ਕਿ ਹੋ ਜਾਏ ਨੈਕਸਟ ਅਸੀਂ ਉਹਨੂੰ ਅਪਲਾਈ ਕਰਦੇ ਹਾਂ ਅਪਲਾਈ ਕਰਨਾ ਕਿ ਉਸ ਕੰਮ ਨੂੰ ਦੇਖਣਾ ਕਰਕੇ ਕਿ ਇਹ ਕਿਵੇਂ ਹੋ ਰਿਹਾ ਏ ਨੈਕਸਟ ਉਹਨੂੰ ਐਨਲਾਈਜ਼ ਕਰਨਾ ਫਿਰ ਉਹਨੂੰ ਇਵੈਲਿਊਏਟ ਕਰਨਾ ਇਹ ਵੈਲਿਊਏਟ ਕਰਨ ਤੋਂ ਬਾਅਦ ਅਸੀਂ ਕੁਝ ਜੋ ਨਵਾਂ ਕ੍ਰੀਏਟ ਕਰਦੇ ਹਾਂ ਉਹ ਕੀ ਹੈ ਸਾਡੀ ਐਕਟਿਵ ਲਰਨਿੰਗ ਹੁਣ ਅਸੀਂ ਕਰਾਂਗੇ ਟਾਈਪਸ ਆਫ ਲਰਨਿੰਗ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਮੋਟਰ ਲਰਨਿੰਗ ਦੀ ਮੀਨਸ ਗਤੀਆਤਮਕ ਸਿੱਖਣਾ ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਉਹਨੂੰ ਕੋਈ ਕੁਝ ਇਸ ਤਰ੍ਹਾਂ ਦਾ ਪਤਾ ਨਹੀਂ ਹੁੰਦਾ ਕਿ ਮੈਂ ਕੀ ਕਰਨਾ ਹੈ ਕਿ ਨਹੀਂ ਕਰਨਾ ਅਸੀਂ ਉਹਦੇ ਵੱਲ ਕੋਈ ਚੀਜ਼ ਦਿਖਾ ਰਹੇ ਹਾਂ ਉਹਨੂੰ ਤਾਂ ਉਹ ਇਧਰ ਉਧਰ ਦੇਖੇਗਾ ਕਿ ਉਹ ਚੀਜ਼ ਕਿੱਧਰ ਗਈ ਜਿੱਧਰ ਜਿੱਧਰ ਅਸੀਂ ਚੀਜ਼ ਹਿਲਾਇਂ ਜਾਵਾਂਗੇ ਬੱਚਾ ਉਧਰ ਵੱਲ ਨੂੰ ਦੇਖੀ ਜਾਏਗਾ ਹੌਲੀ ਹੌਲੀ ਉਹ ਚੱਲਣਾ ਸਿੱਖਦਾ ਹੈ ਦੌੜਨਾ ਸਿੱਖਦਾ ਹੈ ਤੇ ਭਾਸ਼ਾ ਸਿੱਖਣ ਲੱਗਦਾ ਹੈ ਇਹ ਸਾਰੀਆਂ ਚੀਜ਼ਾਂ ਬੱਚਾ ਅਨੁਕਰਨ ਦੁਆਰਾ ਸਿੱਖਦਾ ਹੈ ਨਕਲ ਦੁਆਰਾ ਸਿੱਖਦਾ ਹੈ ਨੈਕਸਟ ਇਜ਼ ਪਰਸੈਪਚੁਅਲ ਲਰਨਿੰਗ ਵਰਤੱਖਿਆਤਮਕ ਸਿੱਖਣਾ ਜਿਉਂ-ਜਿਉਂ ਬੱਚੇ ਦਾ ਮਨ ਵਿਕਸਿਤ ਹੁੰਦਾ ਜਾਂਦਾ ਹੈ ਉਹ ਡਾਇਰੈਕਟ ਨੋਲੇਜ ਗੇਨ ਕਰਦਾ ਹੈ ਜਿਹੜੀ-ਜਿਹੜੀ ਚੀਜ਼ ਨੂੰ ਉਹ ਦੇਖਦਾ ਹੈ ਉਹਦੇ ਬਾਰੇ ਉਹ ਸੋਚਦਾ ਹੈ ਛੋਟਾ ਬੱਚਾ ਲਕੀਰ ਦਾ ਫਕੀਰ ਨਹੀਂ ਬਣਦਾ ਉਹ ਆਪਣੇ ਦਿਮਾਗ ਦੀ ਵਰਤੋਂ ਕਰਦਾ ਹੈ ਤੇ ਆਪਣੇ ਸੂਝ ਦੇ ਨਾਲ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਕਨਸੈਪਚੁਅਲ ਲਰਨਿੰਗ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਹੈ ਉਹਦੀ ਜਿਹੜੀ ਮੈਂਟਲ ਐਬਿਲਿਟੀ ਹੈ ਉਹ ਕਾਫੀ ਡਿਵੈਲਪ ਹੋ ਜਾਂਦੀ ਹੈ ਤੇ ਬੱਚਾ ਆਪਣੇ ਵਿਚਾਰ ਤੇ ਜਿਹੜੇ ਕਨਸੈਪਟ ਨੇ ਉਹ ਬਣਾ ਲੈਂਦਾ ਏ ਤੇ ਉਹਦੇ ਵਿੱਚ ਜਿਹੜੇ ਨਿਰਣੇ ਲੈਣ ਦੀ ਸ਼ਕਤੀ ਹੈ ਸੋਚਣ ਦੀ ਸ਼ਕਤੀ ਹੈ ਉਹ ਡਿਵੈਲਪ ਹੋ ਜਾਂਦੀ ਹੈ ਤੇ ਬੱਚਾ ਸਮੱਸਿਆਵਾਂ ਦਾ ਹੱਲ ਕਰਨ ਦੇ ਯੋਗ ਹੋ ਜਾਂਦਾ ਹੈ ਨੈਕਸਟ ਇਜ਼ ਐਸੋਸੀਏਟਿਵ ਲਰਨਿੰਗ ਸਹਿਚਾਰੀ ਸਿੱਖਣਾ ਜਦੋਂ ਅਸੀਂ ਕੁਝ ਵੀ ਪੁਰਾਣਾ ਸਿੱਖਿਆ ਹੋਇਆ ਹੁੰਦਾ ਏ ਤੇ ਉਹਨੂੰ ਨਵੀਂ ਨੌਲੇਜ ਦੇ ਨਾਲ ਜੋੜਦੇ ਆ ਤਾਂ ਅਸੀਂ ਉਹਨੂੰ ਕਹਿੰਦੇ ਆ ਐਸੋਸੀਏਟਿਵ ਲਰਨਿੰਗ ਤੇ ਇਹਦੇ ਨਾਲ ਸਾਰੇ ਜਿਹੜੇ ਪੁਰਾਣੇ ਕਨਸੈਪਟ ਨੇ ਉਹ ਨਵੇਂਆਂ ਦੇ ਨਾਲ ਮਿਲ ਜਾਂਦੇ ਨੇ ਤੇ ਸਾਡੇ ਕੋਲ ਬਹੁਤ ਸਾਰਾ ਜਿਹੜਾ ਗਿਆਨ ਹੈ ਉਹ ਇਕੱਠਾ ਹੋ ਜਾਂਦਾ ਏ ਐਪਰੀਸ਼ੀਏਸ਼ਨਲ ਲਰਨਿੰਗ ਇਹ ਸਭ ਤੋਂ ਇੰਪੋਰਟੈਂਟ ਟਾਈਪ ਹੈ ਲਰਨਿੰਗ ਦੀ ਕਿਉਂਕਿ ਜਦੋਂ ਅਸੀਂ ਬੱਚੇ ਨੂੰ ਐਪਰੀਸ਼ੀਏਟ ਕਰਦੇ ਆ ਤਾਂ ਬੱਚਾ ਆਪਣੇ ਕਨਸੈਪਟ ਵੱਲ ਵੱਧਦਾ ਏ ਕਿਉਂਕਿ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਹਾਂ ਮੈਂ ਠੀਕ ਕਰ ਰਹੇ ਹਾਂ ਉਹਨੂੰ ਜਿਹੜੀ ਪੋਜ਼ਿਟਿਵ ਫੀਡਬੈਕ ਹੈ ਉਹ ਮਿਲਦੀ ਹੈ ਐਟੀਟਿਊਡਨਲ ਲਰਨਿੰਗ ਜਿਸ ਤਰ੍ਹਾਂ ਦੀ ਬੱਚੇ ਦੀ ਲਰਨਿੰਗ ਹੋਏਗੀ ਉਸੇ ਤਰ੍ਹਾਂ ਦਾ ਹੀ ਬੱਚਾ ਸਿੱਖੇਗਾ ਜਿਸ ਤਰ੍ਹਾਂ ਦਾ ਬੱਚੇ ਦਾ ਐਟੀਟਿਊਡ ਮੀਨਸ ਕਿ ਜੇਕਰ ਪੋਜ਼ਿਟਿਵ ਐਟੀਟਿਊਡ ਰੱਖ ਰਿਹਾ ਬੱਚਾ ਤਾਂ ਉਹਦੀ ਜਿਹੜੀ ਲਰਨਿੰਗ ਹੈ ਉਹ ਪੋਜ਼ਿਟਿਵ ਹੋਏਗੀ ਜੇਕਰ ਨੈਗੇਟਿਵ ਹੈ ਤਾਂ ਉਹਦੀ ਲਰਨਿੰਗ ਨੈਗੇਟਿਵ ਮੀਨਸ ਘੱਟ ਹੋਏਗੀ ਇਮੇਜਿਨੇਟਿਵ ਲਰਨਿੰਗ ਇਮੇਜਿਨੇਟਿਵ ਲਰਨਿੰਗ ਦੇ ਵਿੱਚ ਬੱਚਾ ਵਸਤੂਆਂ ਨੂੰ ਦੇਖਦਾ ਹੈ ਤੇ ਉਹਨਾਂ ਨੂੰ ਸਮਝਦਾ ਹੈ ਜਿਨ੍ਹਾਂ ਦਾ ਗਿਆਨ ਇੰਦਰੀਆਂ ਨੂੰ ਕੋਈ ਜਿਹੜਾ ਅਨੁਭਵ ਹੈ ਉਹ ਨਹੀਂ ਹੁੰਦਾ ਇਮਿਟੇਟਿਵ ਲਰਨਿੰਗ ਸਿੱਖਣਾ ਜਿਹੜਾ ਉਹ ਅਸੀਂ ਨਕਲ ਦੁਆਰਾ ਸਿੱਖ ਸਕਦੇ ਹਾਂ ਕਲਾ ਦੀ ਗੱਲ ਕਰ ਲੋ ਨਾਚ ਸੰਗੀਤ ਇਹ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਨੇ ਅਸੀਂ ਇਹਨਾਂ ਨੂੰ ਨਕਲ ਦੇ ਦੁਆਰਾ ਸਿੱਖ ਸਕਦੇ ਹਾਂ ਅਕਾਡੈਮਿਕ ਲਰਨਿੰਗ ਇਸ ਤਰ੍ਹਾਂ ਦੇ ਲਰਨਿੰਗ ਦੇ ਵਿੱਚ ਉਹ ਗਿਆਨ ਸ਼ਾਮਿਲ ਹੈ ਸਾਡੇ ਕੋਲ ਜਿਹੜਾ ਅਸੀਂ ਕਿਤਾਬਾਂ ਤੋਂ ਸਿੱਖਿਆ ਦੁਆਰਾ ਗਏ ਹਨ ਕਰਦੇ ਹਾਂ ਸ਼ੋਸ਼ਲ ਲਰਨਿੰਗ ਜਦੋਂ ਵਿਅਕਤੀ ਵਿਸ਼ੇਸ਼ ਹਾਲਤਾਂ ਦੇ ਵਿੱਚ ਸਮਾਜ ਦੇ ਵਿੱਚ ਕੋਈ ਨਾ ਕੋਈ ਕੰਮ ਸਿੱਖਦਾਏ ਤਾਂ ਅਸੀਂ ਉਹਨੂੰ ਸ਼ੋਸ਼ਲ ਲਰਨਿੰਗ ਕਹਿੰਦੇ ਹਾਂ ਪ੍ਰੋਬਲਮ ਸੋਲਵਿੰਗ ਲਰਨਿੰਗ ਸਮੱਸਿਆ ਦਾ ਸਮਾਧਾਨ ਸਿੱਖਣਾ ਕਿਸੇ ਸਮੱਸਿਆ ਦਾ ਜਿਹੜਾ ਹੱਲ ਹੈ ਉਹ ਕਿਵੇਂ ਕਰਨਾ ਜਦੋਂ ਕਿਸੇ ਵੀ ਬੱਚੇ ਨੂੰ ਜਾਂ ਵਿਅਕਤੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਮੱਸਿਆ ਨੂੰ ਹੱਲ ਕਰਦੇ ਹੋਏ ਜੋ ਵੀ ਉਹ ਬੱਚਾ ਸਿੱਖਦਾ ਹੈ ਤਾਂ ਅਸੀਂ ਉਹਨੂੰ ਕਹਿੰਦੇ ਹਾਂ ਪ੍ਰੋਬਲਮ ਸੋਲਵਿੰਗ ਲਰਨਿੰਗ ਇਮੋਸ਼ਨਲ ਲਰਨਿੰਗ ਬੱਚੇ ਦੇ ਮਾਨਸਿਕ ਵਿਕਾਸ ਦੇ ਨਾਲ ਨਾਲ ਉਹਦੀ ਜਿਹੜੀ ਤਰਕ ਸ਼ਕਤੀ ਹੈ ਉਹਦੇ ਕੋਲ ਜਿਹੜਾ ਲੌਜੀਕ ਹੈ ਉਹ ਵੀ ਵਧਦਾ ਜਾਂਦਾ ਹੈ ਇਸ ਤੋਂ ਪ੍ਰਾਪਤ ਹੋਣ ਵਾਲੇ ਗਿਆਨ ਦੇ ਵਿਕਾਸ ਦੀ ਪ੍ਰਾਪਤੀ ਕੀ ਹੈ ਇੰਟੈਲੈਕਚੁਅਲ ਲਰਨਿੰਗ ਇੰਟੀਗ੍ਰੇਟਿਡ ਲਰਨਿੰਗ ਅਸੀਂ ਉੱਪਰ ਜਿਹੜੀਆਂ ਸਾਰੀਆਂ ਟਾਈਪਸ ਦੀ ਗੱਲ ਕਰਦੇ ਹਾਂ ਇਹਨਾਂ ਸਾਰੇ ਨੂੰ ਜੇਕਰ ਅਸੀਂ ਮਿਲਾ ਕੇ ਗੱਲ ਕਰੀਏ ਤਾਂ ਇਹਨੂੰ ਇੰਟੀਗ੍ਰੇਟਿਡ ਲਰਨਿੰਗ ਕਿਹਾ ਜਾਂਦਾ ਹੈ ਈ ਲਰਨਿੰਗ ਈ ਲਰਨਿੰਗ ਮੀਨਸ ਇਲੈਕਟ੍ਰੋਨਿਕ ਲਰਨਿੰਗ ਕੰਪਿਊਟਰ ਦੁਆਰਾ ਲੈਪਟਾਪ ਦੀ ਹੈਲਪ ਦੇ ਨਾਲ ਜਿਵੇਂ ਅਸੀਂ ਅੱਜਕੱਲ ਜਿੱਦਾਂ ਕਿ ਆਨਲਾਈਨ ਸਟੱਡੀ ਚੱਲ ਰਹੀ ਹੈ ਜੋ ਚੀਜ਼ਾਂ ਬੱਚੇ ਸਿੱਖ ਰਹੇ ਨੇ ਇਹ ਕੀ ਹੈ ਈ ਲਰਨਿੰਗ ਈ-ਲਰਨਿੰਗ ਦੇ ਨਾਲ ਜਿਹੜੇ ਬੱਚੇ ਨੇ ਉਹ ਬਹੁਤ ਜ਼ਿਆਦਾ ਸਿੱਖ ਰਹੇ ਨੇ ਤੇ ਜਲਦੀ ਸਿੱਖ ਰਹੇ ਨੇ। ਆਗਮੈਂਟਡ ਲਰਨਿੰਗ ਮੀਨਸ ਕਿ ਜਿਹੜਾ ਸਿੱਖਣ ਹੈ ਉਹਨੂੰ ਵਧਾਇਆ ਜਾ ਸਕਦਾ ਏ। ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਜਿਹੜੀਆਂ ਸਾਨੂੰ ਜਦੋਂ ਅਸੀਂ ਇੱਕ ਵਾਰ ਉਹ ਕੰਮ ਨੂੰ ਕਰ ਲੈਂਦੇ ਆ ਕਰਕੇ ਸਿੱਖ ਲੈਂਦੇ ਆ ਤਾਂ ਸਾਨੂੰ ਬਹੁਤ دیر ਤੱਕ ਯਾਦ ਰਹਿੰਦੀਆਂ ਨੇ। ਐਪੀਸੋਡਿਕ ਲਰਨਿੰਗ ਐਪੀਸੋਡਿਕ ਲਰਨਿੰਗ ਮੀਨਸ ਕਿਸੇ ਨਾ ਕਿਸੇ ਘਟਨਾ ਨਾਲ ਸੰਬੰਧਿਤ ਸਿੱਖਣਾ। ਸਾਡੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਇਸ ਤਰ੍ਹਾਂ ਨਹੀਂ ਵਾਪਰ ਜਾਂਦੀਆਂ ਨੇ ਕਿ ਜਿਨ੍ਹਾਂ ਦੇ ਆਧਾਰ ਤੇ ਅਸੀਂ ਇਸ ਤਰ੍ਹਾਂ ਦਾ ਸਿੱਖਦੇ ਹਾਂ ਕਿ ਸਾਨੂੰ ਪੂਰੀ ਲਾਈਫ ਤੱਕ ਯਾਦ ਰਹਿੰਦਾ ਏ ਕੋਈ ਸਕੂਲ ਟਾਈਮ ਦੀ ਕਾਲਜ ਟਾਈਮ ਦੀ ਘਟਨਾ ਹੋ ਸਕਦੀ ਹੈ ਜਾਂ ਕੋਈ ਤੁਸੀਂ ਕਿਤੇ ਜਾ ਰਹੇ ਹੋਵੋ ਤੁਹਾਡੇ ਪਿੱਛੇ ਕੁੱਤਾ ਪੈਜੇ ਜਾਂ ਤੁਹਾਨੂੰ ਕੱਟ ਲਵੇ ਤਾਂ ਇਹ ਕੀ ਹੋਏਗਾ ਕਿ ਸਾਨੂੰ ਜਿਹੜੀ ਇਹ ਘਟਨਾ ਉਹ ਪੂਰੇ ਟਾਈਮ ਤੱਕ ਯਾਦ ਰਹੇਗੀ ਇਸ ਕਰਕੇ ਇਹਨੂੰ ਅਸੀਂ ਕੀ ਕਹਾਂਗੇ ਐਪੀਸੋਡਿਕ ਲਰਨਿੰਗ ਏਸੀ ਆਪਣਾ ਟੌਪਿਕ ਟਾਈਪਸ ਆਫ ਲਰਨਿੰਗ ਬੱਚੇ ਜੇਕਰ ਤੁਹਾਨੂੰ ਕੋਈ ਡਾਊਟ ਹੋਏਗਾ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਕਿ ਜਿਹੜੀਆਂ ਨੈਕਸਟ ਆਉਣ ਵਾਲੀਆਂ ਵੀਡੀਓਜ਼ ਨੇ ਉਹਦੇ 'ਚ ਮੈਂ ਆਪਣੇ ਆਪ ਨੂੰ ਇੰਪਰੂਵ ਕਰ ਸਕਾਂ ਥੈਂਕ ਯੂ ਥੈਂਕਸ ਫॉर ਵਾਚਿੰਗ